ਇੱਕ ਬੁੱਢੀ ਮਾਈ ਜੋ ਰਾਤ ਨੂੰ ਖੇਤ ਦੀ ਰਖਵਾਲੀ ਤੇ ਬੈਠੀ ਸੀ, ਖਰਬੂਜ਼ੇ ਸਨ ਕੋਈ ਤੋੜਨ ਵਾਲੇ ਜਾਇਆ ਫਲ ਦਾ, ਤੇ ਵਿਚਾਰੀ ਰਾਤ ਨੂੰ ਰਖਵਾਲੀ ਕਰਦੀ ਸੀ, ਉਹ ਭੱਜੀ ਹੋਈ ਆਈ। ਉਹਨੂੰ ਖਿਆਲ ਆਇਆ ਇਸ ਅੰਨੇ ਖੋਜ ਕੋਈ ਗਿਰ ਗਿਆ, ਰੱਸਾ ਪਾ ਕੇ ਉਹਨੇ ਸੁਕਰਾਤ ਨੂੰ ਕੱਢਿਆ। ਧੰਨਵਾਦ ਕੀਤਾ ਸੁਕਰਾਤ ਨੇ ਔਰ ਆਖਿਆ, ਮਾਈ ਤੇਰਾ ਬਹੁਤ ਬਹੁਤ ਧੰਨਵਾਦ, ਮੈਂ ਜੋਤਸ਼ੀ ਹਾਂ, ਤੂੰ ਮੇਰੇ ਤੇ ਪਰਉਪਕਾਰ ਕੀਤਾ ਹੈ, ਤੇ ਮੈਂ ਹੁਣ ਇਸ ਦੇ ਬਦਲੇ ਤੇਰੀ ਕੋਈ ਸੇਵਾ ਕਰਨਾ ਚਾਹੁੰਦਾ। ਤੂੰ ਮੇਰੇ ਕੋਲ ਕੱਲ ਆਵੀਂ, ਮੈਂ ਤੇਰਾ ਹੱਥ ਵੇਖਾਂਗਾ ਤੇ ਮੈਂ ਤੇਰਾ ਭਵਿਸ਼ ਦੱਸਾਂਗਾ। ਮੈਂ ਜੋਤਸ਼ੀ ਹਾਂ, ਨਜੋਮੀ ਹਾਂ, ਕੀ ਕੁਛ ਤੇਰੇ ਨਾਲ ਅੱਗੇ ਹੋਵੇਗਾ ਮੈਂ ਸਭ ਕੁਝ ਦੱਸ ਦਿਆਂਗਾ, ਤੂੰ ਆ ਮੇਰੇ ਕੋਲ। ਉਹ ਮਾਈ ਕਹਿਣ ਲੱਗੀ, ਇਹ ਮੇਰੇ ਬੱਚੇ ਮੇਰੀ ਉਡੀਕ ਨਾ ਕਰੀ, ਮੈਂ ਨਹੀਂ ਆਉਣਾ। ਹੈ ਸੁਕਰਾਤ ਕਹਿੰਦੇ ਮੇਰੇ ਕੋਲ ਤੇ ਲਾਈਨ ਲੱਗੀ ਰਹਿੰਦੀ ਹੈ, ਲੋਕੀ ਪਹਿਲੇ ਵਕਤ ਮੰਗਦੇ ਨੇ, ਬੜੇ ਬੜੇ ਉਲਮਾ, ਬੜੇ ਬੜੇ ਬਾਦਸ਼ਾਹ ਹੁਕਮਰਾਨ ਵੀ ਮੇਰੇ ਕੋਲ ਆਪਣਾ ਹੱਥ ਦਿਖਾਉਂਦੇ ਨੇ। ਔਰ ਇਹ ਅਸਰ ਅੱਜ ਵੀ ਮੌਜੂਦ ਹੈ। ਮੈਂ ਅਰਜ਼ ਕਰਾਂ, ਜਦੋਂ ਭਾਰਤ ਵਿੱਚ ਇਲੈਕਸ਼ਨ ਹੁੰਦੇ ਨੇ ਨਾ, ਤੇ ਜਿੰਨੇ ਕੈਂਡੀਡੇਟ ਖੜੇ ਹੁੰਦੇ ਨੇ, ਜੋਤਸ਼ੀਆਂ ਦੇ ਚੱਕਰ 'ਚ ਪੈਂਦੇ ਨੇ, ਕਦੋਂ ਫਾਰਮ ਦਾਖਲ ਕਰੀਏ, ਜਿੱਤ ਜਾਵਾਂਗੇ ਕਿ ਨਹੀਂ ਜਾਵਾਂਗੇ। ਉਹ ਸਿੰਘ ਵੀ ਜਾਂਦੇ ਨੇ, ਸਿੰਘ ਕਈ ਸਾਧੂਆਂ ਦੇ ਪੈਰ ਵੀ ਸਿਰ ਤੇ ਰਖਵਾਉਂਦੇ ਨੇ ਵੀ ਕਿਸੇ ਤਰੀਕੇ ਨਾਲ ਜਿੱਤ ਹੋਵੇ ਸਾਡੀ। ਇਹ ਵੀ ਮੈਨੇਜ ਕਰਦੇ ਹਾਂ, ਜੋਤਸ਼ੀਆਂ ਦੇ ਚੱਕਰਾਂ 'ਚ ਪੈ ਰਹੇ ਸਾਰੇ, ਔਰ ਇਹ ਦੇਸ਼ ਨੂੰ ਚਲਾਉਣਗੇ, ਇਹ ਲੋਕ ਦੇਸ਼ ਨੂੰ ਚਲਾਉਣਗੇ ਜਿਹਨੂੰ ਆਪਣੀ ਜ਼ਿੰਦਗੀ ਚਲਾਉਣ ਦੀ ਜਾਂਚ ਨਹੀਂ ਆਉਂਦੀ, ਅਜੇ ਆਪਣਾ ਜੀਵਨ ਚਲਾਉਣ ਦੀ ਜਾਂਚ ਨਹੀਂ ਆਉਂਦੀ, ਪਏ ਨੇ ਜੋਤਸ਼ੀਆਂ ਦੇ ਚੱਕਰਾਂ 'ਚ। ਔਰ ਇਹ ਸਹੀ ਮੈਂ ਦੱਸਦਾ ਪਿਆ, ਬੜੇ ਬੜੇ ਮੁਦੱਬਰ, ਬੜੇ ਬੜੇ ਸਿਆਣੇ, ਤਾਂਤਰਿਕ ਲੋਕਾਂ ਦੇ ਚੱਕਰ 'ਚ ਪੈ ਰਹੇ ਨੇ, ਜੋਤਸ਼ੀਆਂ ਦੇ ਚੱਕਰ 'ਚ ਪੈ ਰਹੇ ਨੇ। ਖੈਰ ਉਹ ਮਾਈ ਕਹਿਣ ਲੱਗੀ, ਲੱਗਦਾ ਬਹੁਤ ਸਿਆਣੀ ਸੀ, ਬਈ ਮੇਰੀ ਉਡੀਕ ਨਾ ਕਰੀ, ਮੈਂ ਨਹੀਂ ਆਉਣਾ। ਬਈ ਮੇਰੇ ਕੋਲ ਤੇ ਬੜੇ ਬੜੇ ਹੁਕਮਰਾਨ ਆਉਂਦੇ ਨੇ, ਉਲਮਾ ਆਉਂਦੇ ਨੇ, ਸਿਆਣੇ ਆਉਂਦੇ ਨੇ, ਧਨਵਾਨ ਆਉਂਦੇ ਨੇ, ਗੁਣਵਾਨ ਆਉਂਦੇ ਨੇ, ਮੈਂ ਉਹਨਾਂ ਦਾ ਭਵਿਸ਼ ਦੱਸਦਾ ਤੇ ਤੂੰ ਮੇਰੇ ਕੋਲ ਨਹੀਂ ਆਉਣਾ ਚਾਹੁੰਦੀ, ਕਿਉਂ, ਆਖਰ ਕਾਰਨ ਕੀ ਹੈ? ਉਹ ਬੁੱਢੀ ਮਾਂ ਕਹਿਣ ਲੱਗੀ, ਬੇਟਾ ਗੱਲ ਹੈ, ਤੈਨੂੰ ਤੇ ਇਤਨਾ ਵੀ ਨਹੀਂ ਪਤਾ ਕਿ ਅੱਜ ਮੈਂ ਖੂਜ ਗਿਰ ਜਾਣਾ ਰਾਤ ਨੂੰ, ਤੇ ਮੇਰਾ ਕੀ ਖਾਕ ਦੱਸੇਗਾ ਮੈਂ ਕਦੋਂ ਖੂਜ ਗਿਰਨਾ, ਮੇਰੇ ਬਾਰੇ ਕੀ ਖਾਕ ਦੱਸੇਗਾ। ਕਹਿੰਦੇ ਘਰ ਆ ਕੇ ਸੁਕਰਾਤ ਨੇ ਸਾਰੀਆਂ ਜੋਤਿਸ਼ ਦੀਆਂ ਕਿਤਾਬਾਂ ਫਾੜ ਦਿੱਤੀਆਂ, ਜਲਾ ਦਿੱਤੀਆਂ, ਇਤਨੀ ਜਿਹਾ ਗੱਲ। ਕਹਿੰਦਾ ਲੈ, ਦੁਨੀਆਂ ਦਾ ਦੱਸਦਾ ਫਿਰਦਾ ਮੈਂ ਕੱਲ ਕੀ ਆਉਣਾ, ਤੇ ਆਪਣਾ ਮੈਨੂੰ ਕੱਖ ਨਹੀਂ ਪਤਾ ਕਿ ਮੈਂ ਖੋਜ ਕਰਨਾ। ਇਹ 100% ਝੂਠ ਹੈ ਜੋ ਕੋਈ ਜੋਤਸ਼ੀ ਤੁਹਾਨੂੰ ਕਹਿੰਦੇ ਨੇ, ਮਨੋਵਿਗਿਆਨਕ ਨੁਕਤੇ ਹੁੰਦੇ ਨੇ, ਤੁਹਾਡੀ ਬੋਲੇਪਣ ਦਾ ਲਾਭ ਉਠਾਉਂਦੇ ਨੇ, ਇਸ ਚੱਕਰ 'ਚ ਕਦੀ ਨਾ ਪੈਣਾ। ਸਤਿਗੁਰ ਦੀ ਬਾਣੀ ਦਾ ਫੈਸਲਾ, ਬੀਓ ਪੂਛ ਨਾ ਮਸਲਤ ਧਰੇ, ਜੋ ਕੁਛ ਕਰੇ ਸੋ ਆਪੇ ਕਰੇ। ਕੱਲ ਕੀ ਆਉਣਾ ਹੈ ਪ੍ਰਭੂ ਨੂੰ ਪਤਾ, ਕਿਸੇ ਨੂੰ ਨਹੀਂ ਪਤਾ। ਬੀਓ ਪੂਛ ਨਾ ਮਸਲਤ ਧਰੇ, ਜੋ ਕੁਛ ਕਰੇ ਸੋ ਆਪੇ ਕਰੇ। ਕਿਉਂਕਿ ਉਹ ਕਿਸੇ ਕੋਲ ਪੁੱਛਦਾ ਨਹੀਂ, ਕਿਸੇ ਨੂੰ ਦੱਸਦਾ ਨਹੀਂ, ਤਾਂ ਕੁਛ ਨਹੀਂ ਪਤਾ ਕੱਲ ਸਾਡੇ ਨਾਲ ਕੀ ਹੋਣਾ, ਪਰਸੋਂ ਸਾਡੇ ਨਾਲ ਕੀ ਹੋਣਾ। ਅਕਾਲ ਪੁਰਖ ਨੂੰ ਪਤਾ ਹੈ, ਤੇ ਜਦ ਉਸਨੂੰ ਸਭ ਕੁਝ ਪਤਾ ਤੇ ਉਹਦੇ ਨਾਲ ਜੁੜੋ, ਗੱਲ ਮੁਕਾਓ, ਝੰਜਟ ਸਾਰੇ ਖਤਮ ਕਰੋ। ਕਿਉਂ ਇਹ ਨਿਕੰਮੇ ਚੱਕਰਾਂ ਵਿੱਚ ਪਾਓ? ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਸ ਚੱਕਰ 'ਚ ਨਹੀਂ ਪਾਇਆ, ਔਰ ਭਾਈ ਗੁਰਦਾਸ ਜੀ ਨੇ ਇਸ ਦੇ ਉੱਤੇ ਬਹੁਤ ਕੁਛ ਲਿਖਿਆ। ਇਸ ਵਕਤ ਮੇਰਾ ਜੋ ਹੈ ਇਹ ਸਬਜੈਕਟ ਨਹੀਂ, ਤਾਂ ਮੈਂ ਇਸ ਨੂੰ ਹੀ ਚਲਾਉਣਾ ਸੀ। ਭਾਈ ਗੁਰਦਾਸ ਨੇ ਇਸ ਦੇ ਉੱਤੇ ਬਹੁਤ ਕੁਛ ਲਿਖਿਆ।